ਰਾਤੀ ਹੋਈ ਨਾ ਹੁੰਦੀ ਕੁੜੀ ਹੈ ਬਈ ਵੀਰੇ ਚੰਗੀ ਗੱਲ ਨਹੀਂ ਗੀ ਹੋਇਆ ਕੀ ਹੋ ਦਿਲ ਚਿੱਟੇ ਕੱਪੜੇ ਕਾਲੇ ਆ ਕੁੜੀਆਂ ਸਾਡੇ ਦਵਾਲੇ ਆ ਐਕਚੁਅਲ ਚਾਹ ਸਾਰਾ ਆਊਟਫਿਟ ਬਲੈਕ ਕੀਤਾ ਅਤੇ ਮੈਂ ਲਾਈਨ ਬੋਲਤੀ ਬਾਕੀ ਕੁੜੀਆਂ ਕੜੀਆਂ ਕੋਈ ਨਹੀਂ ਜੇ ਹੈਗੀਆਂ ਉਹ ਸਵਾ ਝੂਠ ਜੇ ਹੇ ਗਾਇਜ਼ ਵਾਟਸ ਅਪ ਹਾਊ ਯੂ ਆਰ ਡੂਇੰਗ ਐਂਡ ਵੈਲਕਮ ਟੂ ਮਾਈ ਅਨਦਰ ਵਲੌਗ ਆਪਾਂ ਅੱਜ ਆਏ ਹੋਏ ਹਾਂ ਕਿਤੇ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਲੋਕੇਸ਼ਨ ਦਿਖਾਉਂਦਾ ਮੈਂ ਪੂਰੀ ਰੋ ਟਾਈਪ ਕਿਉਂਕਿ ਅੱਜ ਇੱਕ ਆਪਾਂ ਸ਼ੂਟ ਕਰਨਾ ਵਾ ਓਰੀਜਨਲੀ ਅਤੇ ਦੂਜਾ ਰੈੱਡ ਵੋਲਫ ਲਈ ਅਤੇ ਮੈਂ ਕਿਹਾ ਕਿ ਚਲੋ ਫੋਟੋਆਂ ਖਿੱਚ ਆਉਂਦੇ ਹਾਂ ਅਤੇ ਬਮਰਾ ਸਾਡੇ ਨਾਲ ਨੇ ਬਮਰਾ ਜੀ ਹਾਊ ਆਰ ਯੂ ਬ੍ਰੋ I'm fine. I love your English. Every time you speak, I am just like, oh my God. OMG. OMG. ਬਾਕੀ ਇੱਕ ਤੁਹਾਨੂੰ ਬੜੀ ਹੀ ਵਧੀਆ ਆਪਾਂ ਚੀਜ਼ ਦੱਸਣੀ ਆ ਬਮਰੇ, ਬਸ ਇਹਨਾਂ ਨੂੰ ਇੰਨਾ ਦੱਸੋ ਕਿ ਅਸੀਂ ਧਮਾਕਾ ਕਰ ਰਹੇ ਹਾਂ। ਹਾਂ, ਇਹ ਮਹੀਨੇ ਕਰ ਰਹੇ ਹਾਂ, ਇਹ ਮਹੀਨੇ, ਇਹ ਮਹੀਨੇ ਕੀ, ਅਗਲੇ ਹਫ਼ਤੇ, ਅਗਲੇ ਹਫ਼ਤੇ ਸੱਚ, ਅਗਲੇ ਹਫ਼ਤੇ। ਪਰ ਤੁਹਾਨੂੰ ਕੀ ਹੈਗਾ ਇਹ ਮੈਂ ਤੁਹਾਨੂੰ ਅਗਲੇ ਵਲੌਗ 'ਚ ਅੱਗੇ ਕੁੱਤੇ ਬੜੇ ਬੜੇ ਉਹ ਕੁੱਤੇ ਮੈਂ ਕੱਟ ਰਿਹਾ ਜੀ। ਤੋ ਜਿਹੜਾ ਵੀ ਸਰਪ੍ਰਾਈਜ਼ ਹੈਗਾ ਉਹ ਮੈਂ ਤੁਹਾਨੂੰ ਅਗਲੇ ਵਲੌਗ 'ਚ ਦੱਸਾਂਗਾ, ਇਹਦੇ 'ਚ ਨਹੀਂ ਦੱਸਣਾ। ਕਿਉਂ ਬਮਰੇ? ਅਗਲੇ 'ਚ ਦੱਸ ਦਾਂਗੇ, ਥੋੜ੍ਹਾ ਸਸਪੈਂਸ ਰੱਖਣਾ ਜੇ, ਥੋੜ੍ਹਾ ਥੋੜ੍ਹਾ ਸਸਪੈਂਸ ਸਸਪੈਂਸ ਖੇਡਣਾ ਸੀ, ਸਰਪ੍ਰਾਈਜ਼ ਸਰਪ੍ਰਾਈਜ਼। ਪਰ ਅਗਲੇ 'ਚ ਦੱਸ ਦਾਂਗੇ ਤੁਹਾਨੂੰ। ਬਾਕੀ ਬਮਰੇ ਨੇ ਅੱਜ ਮੈਨੂੰ ਦੋ ਚੀਜ਼ਾਂ ਬੜੀਆਂ ਸ਼ਾਨਦਾਰ ਕਰਾਉਣੀਆਂ, ਇੱਕ ਤਾਂ ਸ਼ੂਟ ਅਤੇ ਦੂਜਾ ਬਮਰੇ ਤੂੰ ਚਾਹ ਦੱਸ, ਚਾਹ ਬਾਰੇ। ਉਹ ਤੰਦੂਰੀ ਚਾਹ, ਤੰਦੂਰੀ ਚਾਹ ਤੁਸੀਂ ਸਾਰਿਆਂ ਨੇ ਇੰਸਟਾਗ੍ਰਾਮ 'ਤੇ ਕਿਤੇ ਵੇਖੀ ਹੋਣੀ ਆ, ਤੰਦੂਰ 'ਚ ਪਾ ਕੇ ਉਹ ਗੜਵੀ ਜੀ ਪਾ, ਗੜਵੀ ਜੀ ਮਿੱਟੀ ਦੀ, ਮਿੱਟੀ ਦੀ, ਅਤੇ ਬਾਅਦ 'ਚ ਉਹ ਵਾਲੀ ਚਾਹ, ਉਹ ਵਾਲੀ ਚਾਹ ਬਮਰੇ ਨੇ ਅੰਮ੍ਰਿਤਸਰ ਕਿਤੇ ਲੱਭ ਲਈ ਹੈ, ਉਹ ਕਿੱਥੇ ਆ ਮੈਂ ਤੁਹਾਨੂੰ ਦੱਸਾਂਗਾ। ਮੈਂ ਵੀ ਨਹੀਂ ਹੈ, ਪੀਤੀ ਤੂੰ ਵੀ ਨਹੀਂ ਆ, ਪਾਪਾ ਹੈ ਨਾ, ਮਿਲੇਗੀ। ਹਾਂ ਮਿਲੇਗੀ। ਚਲੋ ਮੈਂ ਕਿਹਾ ਕਿਤੇ ਔਨ ਕੈਮਰਾ ਬੇਇੱਜ਼ਤੀ ਨਾ ਹੋ ਜੇ ਸਾਡੀ, ਕੋਈ ਨਹੀਂ ਮੈਂ ਨਾ ਪਾਵਾਂਗੇ ਇੰਨੀ ਗੱਲ। ਅਤੇ ਇੱਕ ਬਮਰੇ ਨਾਲ ਹੋਰ ਕੱਲ੍ਹ ਵਾਰਦਾਤ ਹੋਈ ਜੇ, ਅੱਜ ਅੱਜ ਵੀ ਤੇ ਕੱਲ੍ਹ ਵੀ, ਕੱਲ੍ਹ ਰਾਤੀ ਹੋਈ ਨਾ ਹੁੰਦੀ ਕੁੜੀ ਹੈ ਬਈ ਵੀਰੇ, ਚੰਗੀ ਗੱਲ ਨਹੀਂ ਗੀ ਹੋਇਆ ਕੀ ਹੈ ਤੁਹਾਨੂੰ ਮੈਂ ਥੋੜ੍ਹੇ ਦੇਰ ਬਾਅਦ ਦੱਸਦਾ, ਪਹਿਲਾਂ ਆਪਾਂ ਸ਼ੂਟ ਕਰ ਲਈਏ। ਚਲੋ ਬਮਰੇ ਕੱਢੋ ਕੈਮਰੇ ਸ਼ੈਮਰੇ। ਆਈ ਰੀਅਲੀ ਡੋਂਟ ਨੋ ਕਿ ਇੱਥੇ ਫੋਟੋ ਕਿੱਦਾਂ ਦੀ ਆਏਗੀ, ਬਟ ਜਿੱਥੇ ਬਮਰਾ ਮੈਂ ਲੈ ਆਇਆ ਨਾ, ਖੰਡਰ ਬਮਰੇ, ਖੰਡਰ 'ਚ ਲੋਕੇਸ਼ਨ ਪੂਰੇ ਰੋਲ ਹੀ ਲੱਭੀ ਅਸੀਂ ਅੱਜ। ਹੈ ਦੇਖੋ, ਚੈੱਕ ਕਰੋ, ਸ਼ੀਸ਼ੇ ਸ਼ੂਸ਼ੇ ਟੁੱਟੇ, ਮੈਨੂੰ ਲੱਗਦਾ ਇਹ ਜਦੋਂ ਵਰਲਡ ਵਾਰ 2 ਹੋਇਆ ਸੀ ਉਦੋਂ ਟੁੱਟੇ ਸੀ ਭਾਜੀ ਸ਼ੀਸ਼ੇ। ਤੀਜੀ ਵੀ ਚੱਲਣ ਲੱਗੀ ਆ, ਉਹ ਤੀਜੇ ਵਰਲਡ ਵਾਰ ਦਾ ਕੀ ਸੀਨ ਆ, ਮੈਨੂੰ ਸਮਝ ਨਹੀਂ ਲੱਗਣ ਦਿਆ ਯਾਰ, ਤੈਨੂੰ ਪਤਾ ਲੜਾਈ ਚੱਲਣ ਲੱਗੀ ਆ ਕਿੱਥੇ, ਇੱਥੇ ਤਾਂ ਨਹੀਂ ਜਾ ਜਾਣਾ ਆਉਂਦੇ, ਕੈਨੇਡਾ ਅਮਰੀਕਾ ਇੱਥੇ ਹੀ ਬਣਾ ਦੇਣਾ ਜੇ। ਚਲੋ ਸ਼ੂਟ ਕਰ ਲਈਏ ਅਸੀਂ। ਫੋਟੋਆਂ ਖਿਚਾਉਂਦਾ ਹੀ ਨਹੀਂ ਆ, ਮੈਂ ਖਿੱਚਦਾ ਵੀ ਆ ਭਾਈ ਸਾਹਿਬ। ਅਸੀਂ ਥੋੜ੍ਹੇ ਥੋੜ੍ਹੇ ਫੋਟੋਗ੍ਰਾਫਰ ਹੈਗੇ ਜੇ, ਹੈ ਨਾ ਭਾਜੀ, ਅਸੀਂ ਛੋਟੇ ਛੋਟੇ ਹੈਗੇ ਜੇ। ਚਲੋ ਹੁਣ ਬਮਰੇ ਦਾ ਕਰੀਏ, ਤੁਸੀਂ ਜਾ ਕੇ ਦੇਖ ਲਓ ਬਮਰੇ ਦੀ ਪ੍ਰੋਫਾਈਲ 'ਤੇ ਮੇਰੀਆਂ ਖਿੱਚੀਆਂ ਹੋਈਆਂ ਫੋਟੋਆਂ। ਡੋਟ ਨਹੀਂ ਪਾਉਂਦਾ ਹੁਣ, ਮੈਂ ਡੋਟ ਨਹੀਂ ਪਾਉਂਦਾ, ਮੈਂ ਇੱਥੇ ਯੂਜ਼ਰ ਨੇਮ ਛੱਡ ਲੱਗਾ, ਕਰ ਲਿਓ ਮੁੰਡੇ ਨੂੰ ਫੋਲੋ। ਗੁੱਡ ਬੱਚਾ, ਗੁੱਡ, ਚੱਲ ਖਿੱਚਾ ਫੋਟੋ। ਉਹ ਲੋਕੇਸ਼ਨ ਕਰੀਏ ਹੁਣ ਚੇਂਜ, ਕਿਉਂਕਿ ਇੱਕ ਲੋਕੇਸ਼ਨ 'ਤੇ ਬਹੁਤ ਜ਼ਿਆਦਾ ਫੋਟੋਆਂ ਖਿੱਚਣਾ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਸ਼ੂਟ ਬਹੁਤ ਵਧੀਆ ਆਇਆ ਹੈ ਬਮਰੇ। ਲੋਕੇਸ਼ਨ ਵੈਰੀ ਗੁੱਡ ਸੀ, ਰਾਤ ਨੂੰ ਇੱਥੇ ਆਉਣਾ ਮਨਾ ਹੈ ਕਿਉਂਕਿ ਇੱਥੇ ਕਹਿੰਦੇ ਰਾਤੀ ਭੂਤ ਹੈਗੇ ਨੇ, ਸੋ ਰਾਤੀ ਕੋਈ ਨਾ ਆਇਓ। ਇਹ ਲੋਕੇਸ਼ਨ ਅੰਮ੍ਰਿਤਸਰ ਤੋਂ ਥੋੜ੍ਹੀ ਜਿਹੀ ਬਾਹਰ ਪੈਂਦੀ ਹੈ ਤਾਂ ਕਰਕੇ, ਹੈ ਨਾ, ਨਾ ਆਇਓ ਐਵੇਂ ਰਾਤੀ ਕੋਈ ਚੰਮੜ ਚੁੰਮੜ ਗਿਆ ਬਟਾਲੇ ਵਾਲੇ 'ਤੇ ਬਿੱਲ ਪਾੜੋਗੇ ਕਿ ਬਟਾਲੇ ਵਾਲਾ ਗਿਆ ਸੀ ਅਸੀਂ ਤਾਂ ਗਏ ਹਾਂ, ਸੋ ਨਾ ਜਾਇਓ ਇੱਥੇ ਰਾਤ ਲਈ, ਠੀਕ ਹੈ। ਬਾਕੀ ਆਹ ਜਿਹੜਾ ਆਈਫੋਨ ਦਾ ਕੈਮਰਾ ਨਾ, ਅਗਲਾ ਮੈਨੂੰ ਬੜੀ ਖੁਸ਼ੀ ਦਿੰਦਾ, ਪਿੱਛੇ ਕਲਾਊਡਸ ਦੀ ਕਿਵੇਂ ਡਿਟੇਲਿੰਗ ਆ ਰਹੀ ਹੈ ਬਮਰੇ। ਪੈਸੇ ਖਰਚੇ ਨੇ ਪਰ ਥੋੜ੍ਹੇ ਜਿਹੇ, ਪਰ ਮੈਂ ਕਹਾਂ ਸੋਚਦਾ ਇੱਕ ਦਿਨ ਪੂਰਾ ਵਲੌਗ ਕਰਨਾ ਸਾਰੇ ਦਾ ਸਾਰਾ ਹੀ ਆਈਫੋਨ ਐਕਸੈਸ ਫਿਰ ਮੂੰਹ 'ਚ ਆਉਂਦਾ, ਆਈਫੋਨ 11 ਪ੍ਰੋ ਮੈਕਸ ਤੋਂ ਸਾਰਾ ਇੱਕ ਵਲੌਗ ਦੱਸਿਓ। ਤੁਸੀਂ ਚਾਹੁੰਦੇ ਹੋ ਕਿ ਇੱਕ ਪੂਰਾ ਵਲੌਗ, ਸਿਨੇਮੈਟਿਕਸ, ਬੀ ਰੋਲ, ਸਭ ਕੁਝ ਆਈਫੋਨ 11 ਪ੍ਰੋ ਮੈਕਸ ਦਾ ਹੋਏ, ਜੇ ਕੋਈ ਚਾਹੁੰਦਾ ਕਮੈਂਟ ਕਰਿਓ, ਮੇਰਾ ਪਰਸਨਲੀ ਦਿਲ ਹੈਗਾ ਮੈਂ ਬਣਾਊਂਗਾ। ਅਤੇ ਹੁਣ ਭਾਅ ਜੀ ਲੋਕੇਸ਼ਨ ਚੇਂਜ, ਲੈਟਸ ਗੋ ਸਮਵੇਅਰ ਐਲਸ। ਸਾਨੂੰ ਭੁੱਖ ਲੱਗ ਗਈ ਸ਼ੂਟ ਕਰਦੇ ਕਰਦੇ, ਆਊਟਫਿਟ ਮੈਂ ਚੇਂਜ ਕਰ ਲਿਆ, ਬਾਹਰ ਹੀ ਬਟਾਲੇ ਵਾਲਾ ਫਿਕਰ ਹੀ ਨਹੀਂ ਲੈਂਦਾ, ਆਈ ਡੋਂਟ ਕੇਅਰ ਨਹੀਂ ਉਸਦਾ, ਕਿਉਂਕਿ ਥੱਲਿਓਂ ਕੱਪੜੇ ਪਾਏ ਹੁੰਦੇ। ਵੈਸੇ ਆਪਾਂ ਹੁਣ ਆਏ ਦੇ ਆ ਉਹ ਮੱਠੀ ਛੋਲੇ ਖਾਣ, ਇੱਕ ਹੈਗਾ ਹੰਸਰਾਜ ਵਾਲਾ ਅੰਮ੍ਰਿਤਸਰ ਬੜਾ ਫੇਮਸ, ਅਤੇ ਇੱਕ ਹੈਗਾ ਇਹ, ਦੋਵਾਂ 'ਚ ਭਾਅ ਜੀ ਕੰਪੀਟੀਸ਼ਨ ਤਕੜਾ,
ਕਿਉਂਕਿ ਉਹ ਵੀ ਫਰਕ ਨਹੀਂ ਹੈਗਾ ਕਿਉਂਕਿ ਉਹ ਵੀ 10 ਰੁਪਏ ਦੇ ਮੱਠੀ ਛੋਲੇ, ਇਹ ਵੀ 10 ਰੁਪਏ ਦੇ ਮੱਠੀ ਛੋਲੇ ਤੇ ਮੱਠੀ ਛੋਲੇ ਵੀ ਗ੍ਰੇਟ। ਹੁਣ ਬੰਮਰਾ ਫੋਟੋਆਂ ਨੂੰ ਵੇਖਦਾ ਹੋਇਆ ਤੇ ਗੱਲਾਂ ਕਰਦਾ ਹੋਇਆ ਬੰਮਰੇ ਨਾਲ ਇੱਕ ਬੜਾ ਹਾਦਸਾ ਵਾਪਰਿਆ। ਬੰਮਰੇ ਮੈਂ ਔਨ ਕੈਮਰਾ ਸੁਣਨਾ ਚਾਹੁੰਦਾ ਕੀ ਹੋਇਆ ਤੁਹਾਡੇ ਨਾਲ। ਹੋਇਆ ਕਿ ਇਹਦੇ ਆਪਣਾ ਟੀ ਸ਼ਰਟ ਚੁੱਕੋ ਝੱਗਾ ਆਪਣਾ ਵੇਖਦਾ ਵਾ, ਟੀ ਸ਼ਰਟ ਚੁੱਕੋ ਢਿੱਡ ਆਪਣਾ ਨੰਗਾ ਹੁੰਦਾ ਵਾ। ਉਹ ਚੀਜ਼ ਹੋਈ ਆ, ਹੋਇਆ ਵੀ ਕੀੜੀ ਜਿਹਾ ਵਾ ਕੀ ਆ। ਆਪਾਂ ਫ੍ਰੀ ਚ ਕਿਹਨੂੰ ਫੇਮ ਨੀ ਦੇਣਾ, ਅਸੀਂ ਤੇ ਫ੍ਰੀ ਵਿਚ ਭਾਲਦੇ ਹੋ ਫੇਮਸ ਵਾਲੇ ਹੋ, ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਲੈ ਲੈਂਦਾ। ਠੀਕ ਹੈ, ਹੈਲੋ, ਠੀਕ ਹੋ ਭਾਜੀ? ਸੋ ਆਪ ਮੱਠੀ ਛੋਲੇ ਇੱਕ ਮਿੰਟ ਗੇੜਾ ਦੇਖਣਾ ਬੰਮਰੇ ਨੂੰ ਆਇਆ ਮੈਸੇਜ। ਬੰਮਰਾ ਵੀ ਅਰੇ 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 ਥੈਂਕ ਯੂ, ਅਰੇ 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 ਕਰਕੇ ਗੱਲ ਕਰੇ। ਉਹ ਨਹੀਂ ਨਹੀਂ ਗੱਲ ਪਤਾ ਕੀ ਆ, ਮੈਂ ਨਾ ਇੱਕ ਦਿਨ ਪਾ ਕੇ ਦੋ ਲੈਣਾ ਲਿਖ ਕੇ। ਅੱਛਾ, ਉਹ ਜਿਹੜੀ ਲਿਖਦਾ ਹੁੰਦਾ ਉੱਤੇ ਆ ਰਿਪਲਾਈ, ਅੱਛਾ ਬਹੁਤ ਅੱਛਾ ਲਿਖਦੇ ਹੋ, ਮੈਂ ਹਿੰਦੀ ਚ, ਹਿੰਦੀ ਚ, ਅੱਛਾ ਅੱਛਾ, ਮੈਂ ਕਿਹਾ ਠੀਕ ਹੈ ਜੀ ਧੰਨਵਾਦ। ਕੋਈ ਗੱਲ ਕਹੀ, ਉਹ ਸਾਨੂੰ ਗੱਲ ਪਤਾ ਲੱਗੀ ਉਹ ਆਈ ਡੀ ਵਾਲੇ ਕੋਲ। ਐਕਚੁਅਲ ਚ ਉਹ ਆਈ ਡੀ ਕੁੜੀ ਦੇ ਨਾਂ ਤੇ ਸੀ। ਉਹ ਕਹਿੰਦੀ ਕਿ ਤੁਸੀਂ ਪਬਜੀ ਖੇਡਣ ਲੱਗੇ ਹੋ। ਇਹ ਕਹਿੰਦਾ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ? ਕਹਿੰਦੀ ਮੈਨੂੰ ਤੁਹਾਡੇ ਦੋਸਤ ਨੇ ਦੱਸਿਆ। ਕਹਿੰਦੀ ਕੀ? ਕਹਿੰਦਾ ਕਿਹੜਾ ਦੋਸਤ? ਇਹਨੇ ਉਹਨੇ ਦੋਸਤ ਦਾ ਨਾਂ ਲਿਆ। ਸਾਨੂੰ ਫਿਰ ਸ਼ੱਕ ਇਹ ਪਿਆ ਵੀ ਸਾਡਾ ਉਹ ਦੋਸਤ ਹੈ ਜਿਹੜਾ ਇਹ ਆਈ ਡੀ ਬਣਾ ਕੇ ਬੈਠਾ। ਬਾਈ ਗੁੱਤਾ ਕਰ ਲਾ ਦੋ, ਮੈਂ ਪੰਜਾਬੀ ਚ ਗਾ, ਮੈਂ ਬੜਾ ਕਲਪ ਕੇ ਮੈਸੇਜ ਕੀਤਾ ਰਾਤੀ ਗਰੁੱਪ ਚ। ਓਏ ਹੋਏ ਹੋਏ, ਉਹ ਬੰਦਾ ਕੌਣ ਹੈ? ਜਦੋਂ ਮੈਂ ਲੁਧਿਆਣੇ ਗਿਆ ਤੇ ਉਹ ਬੰਦਾ ਉੱਥੇ ਹੋਇਆ ਤੇ ਤੁਹਾਨੂੰ ਮਿਲਾਉਂਗਾ। ਬਾਕੀ ਤੁਸੀਂ ਗੈਸ ਮਾਰ ਲਿਓ ਸਾਡੇ ਨਾ ਵਲੌਗ ਦੇ ਵਲੌਗ ਚ ਹੈਗਾ ਜੇ, ਹੈਗਾ ਜੀ ਉਹ ਬੰਦਾ ਲੁਧਿਆਣੇ ਵਾਲੇ ਵਲੌਗ ਚ ਹੈਗਾ, ਲੁਧਿਆਣੇ ਵਾਲੇ ਵਲੌਗ ਚ ਹੈਗਾ, ਉਹ ਲੁਧਿਆਣੇ ਦਾ ਨਹੀਂ ਆ ਪਰ ਉਹ ਲੁਧਿਆਣੇ ਵਾਲੇ ਵਲੌਗ ਚ ਹੈਗਾ। ਤੇ ਗਾਈਜ਼ ਯਾਰ ਨਾ ਇਦਾਂ ਫੇਕ ਆਈਡੀਆਂ ਬਣਾ ਕੇ ਕਿਸੇ ਦੀਆਂ ਫੀਲਿੰਗਾਂ ਨਾਲ ਖੇਡਿਆ ਕਰੋ। ਤਰਨ ਭਾਜੀ ਨਾ ਵੀ ਮੈਸੇਜ ਆਇਆ ਹੈ, ਸੇਮ ਚੀਜ਼ ਤਰਨ ਭਾਜੀ ਨਾ ਵੀ ਆਈ ਹੈ, ਤਰਨ ਵਿੱਚੋਂ ਕਿ ਵਲੌਗ ਮਾਰਿਆ ਹੈ ਤੂੰ ਨਹੀਂ ਅਜੇ ਵਲੌਗ ਮਾਰਿਆ। ਮੈਂ ਇਹਨੂੰ ਕਿਹਾ ਕਿ ਤੂੰ ਵੌਇਸ ਨੋਟ ਮੰਗਾ, ਜੇ ਵੌਇਸ ਨੋਟ ਤੇ ਕੁੜੀ ਦਾ ਨੋਟ ਨਿਕਲਿਆ ਤਾਂ ਸਮਝੋ ਕੁੜੀ ਦੀ ਆਈਡੀ ਹੈ, ਨਹੀਂ ਤੇ ਉਹ ਮੁੰਡੇ ਦੀ ਆ, ਵੈਸੇ ਲੱਗਣਾ ਉਹਨੂੰ ਮੁੰਡੇ ਦੀ ਹੋਈ ਦਈ ਆ। ਤੇ ਇੱਦਾਂ ਨਾ ਕਰਿਆ ਕਰੋ ਵੀ, ਇਹ ਨਾ ਕਰਿਆ ਕਰੋ। ਜੇ ਮੈਂ ਕੱਲ੍ਹ ਹੀ ਇੱਕ ਵੀਡੀਓ ਬਣਾ ਕੇ ਪਾਈ ਹੈ ਇੰਸਟਾਗ੍ਰਾਮ ਅਕਾਊਂਟ ਬੰਦ ਕਰਨ ਦੇ, ਇੱਦਾਂ ਦੇ ਵੀ ਬੰਦ ਹੋਦੇ। ਚਲੋ ਕੋਈ ਨਾ, ਬੰਮਰੇ ਅੱਗੇ ਤੋਂ ਸਾਵਧਾਨ ਰਹੇ, ਸਤਰਕ ਰਹੇ ਔਰ ਇੱਦਾਂ ਦੀ ਆਈਡੀਆ ਤੋਂ ਬਚ ਕੇ ਰਹੇ। ਲੱਗ ਨਹੀਂ ਰਹੀ ਵੈਸੇ, ਬਟ ਫਿਰ ਵੀ ਅਸੀਂ ਮਤਲਬ ਜੋ ਕੰਡੀਸ਼ਨ ਹੈਗੀ ਨਾ ਉਹ ਮੈਂਸ਼ਨ ਕਰਕੇ ਸਬਮਿਟ ਕਰ ਲੈਂਦੇ ਹਾਂ, ਬਟ ਤੁਹਾਨੂੰ ਐਗਜੈਕਟ ਜਿਹੜਾ ਹੈਗਾ ਉਹ ਟਿਊਜ਼ਡੇ ਤੱਕ ਕਨਫਰਮ ਕਰ ਪਾਵਾਂਗੇ। ਕਿ ਮੰਡੇ ਆਫ ਆ? ਮੰਡੇ ਆਫ ਆ, ਟਿਊਜ਼ਡੇ ਤੱਕ ਕਨਫਰਮ ਕਰਾਂਗੇ। ਔਡਰ ਪਲੇਸ ਅਗਰ ਹੋ ਜਾਂਦਾ ਹੈ, ਜੈਨੂਅਨ ਮਿਲਦੀ ਹੈ, ਫਿਰ ਉਸ ਕੰਡੀਸ਼ਨ 'ਚ 3-4 ਡੇਜ਼ ਨੈਕਸਟ, ਮਤਲਬ ਨੈਕਸਟ ਵੀਕਐਂਡ ਤੱਕ ਮਿਲ ਪਾਵਾਂਗੇ। ਮੈਨੂੰ ਅਗਲੇ ਮੰਗਲਵਾਰ ਤੱਕ ਮਿਲ ਜਾਏਗੀ? ਇਹ ਤਾਂ ਖੂਨ ਆਉਣਾ ਇਸ ਤੋਂ ਅਗਲਾ, ਨੈਕਸਟ ਵੀਕਐਂਡ ਤੱਕ ਮਿਲ ਜਾਏਗੀ ਅਗਰ ਜੈਨੂਅਨ ਹੁੰਦੀ ਹੈ। ਕੰਮ ਖੜਕਾ ਕੇ ਹੀ ਆ ਐਕਚੁਅਲ 'ਚ। ਆਪਾਂ ਇਹ ਕੇਬਲ ਪਲੇਸ ਕਰਾਉਣ ਰਿਪਲੇਸ ਕਰਾਉਣ ਕਿਉਂਕਿ ਉਹ ਖਰਾਬ ਹੋ ਗਈ ਸੀ USB ਸੀਟ ਨੂੰ ਲਾਈਟਨਿੰਗ, ਅਤੇ ਮੇਰਾ ਆਈਫੋਨ ਚਾਰਜ ਨਹੀਂ ਸੀ ਹੋ ਰਿਹਾ। ਐਂਡ ਚੱਕਰ ਇਹ ਪਿਆ ਕਿ ਲਈ ਤਾਂ ਆਪਾਂ ਐਪਲ ਦੇ ਸਟੋਰ 'ਚੋਂ ਹੀ ਸੀ ਅਫੀਸ਼ੀਅਲ, ਪਰ ਇੱਥੇ ਆ ਕੇ ਉਹ ਕਹਿੰਦੇ ਨਕਲੀ ਹੈ। ਫਿਰ ਮੈਂ ਬਿੱਲ ਬੁੱਲ ਵਿਖਾਇਆ, ਫਿਰ ਬਿੱਲ ਵੇਖ ਕੇ ਕਹਿੰਦੇ ਸਰ ਅਸੀਂ ਅਜੇ ਪੱਕਾ ਨਹੀਂ ਕਹਿੰਦੇ, ਬਿਕੋਜ਼ ਸਾਨੂੰ ਬਿੱਲ ਤਾਂ ਠੀਕ ਹੈ ਪਰ ਉਹਦੀ ਲੈਂਥ ਨਹੀਂ ਹੈਗੀ। ਬਾਕੀ ਜੇ ਨਾ ਹੋਇਆ ਤਾਂ ਕਾਕਾ ਇਹ ਔਨ ਕੈਮਰਾ ਗੱਲ ਜਾਏਗੀ, ਗੱਲ ਉੱਤੇ ਤੱਕ ਲੈ ਕੇ ਜਾਵਾਂਗਾ ਮੈਂ ਉੱਤੇ ਤੱਕ ਗੱਲ ਲੈ ਕੇ ਜਾਵਾਂਗਾ। ਜੇ ਮੈਨੂੰ ਐਪਲ ਦੇ ਕਰੰਟਸ ਦੇ ਸਟੋਰ 'ਚੋਂ ਹੀ ਨਕਲੀ ਚੀਜ਼ ਮਿਲੀ ਤਾਂ ਫਿਰ ਐਕਸ਼ਨ ਐਪਲ ਵਾਲਿਆਂ 'ਤੇ ਤਾਂ ਮੈਂ ਦਵਾਉਂਗਾ। ਬਾਕੀ ਹਜੇ ਉਹਨਾਂ ਨੇ ਕਨਫਰਮ ਨਹੀਂ ਕੀਤਾ ਕਿ ਨਕਲੀ ਹੈ, ਉਹ ਕਹਿੰਦੇ ਅਸੀਂ ਅੱਗੇ ਭੇਜ ਦਿੰਦੇ ਹਾਂ ਬੈਂਗਲੋਰ ਜੇ ਸਾਨੂੰ ਵੀ ਗਲਤੀ ਲੱਗ ਸਕਦੀ ਉਹ ਕਹਿੰਦੇ, ਪਰ ਜੇ ਨਕਲੀ ਨਿਕਲੀ ਨਾ ਖੜਕਾ ਦਊਂਗਾ, ਬਿੱਲ ਮੇਰੇ ਕੋਲ ਹੈ ਹੈਂਡ ਕਾਪੀ ਵਾਲਾ। ਚਲੋ ਥੱਲੇ ਚੱਲੀਏ ਹੁਣ। ਹੁਣ ਆਪਾਂ ਚੱਲੇ ਹਾਂ ਚਾਹ ਨੂੰ ਗੇੜਾ ਦੇਣ, ਜਿਹੜੀ ਤੁਹਾਨੂੰ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਆਪਾਂ ਚਾਹ ਪੀਣੀ ਹੈ ਗੜਵੀ ਵਾਲੀ। ਗੜਵੀ ਯੋ ਬੋ, ਸਾਨੂੰ ਲੱਗਾ ਸੀਗਾ ਕਿ ਕਿਤੇ ਚਾਹ ਮਿਲਣੀ ਬੰਦ ਨਾ ਹੋ ਜਾਵੇ, ਪਰ ਕੰਮ ਬਣ ਗਿਆ।
ਮੇਰੇ ਮਿਲ ਜੂ ਨਾ ਚਾਹ? ਹਾਂਜੀ ਹਾਂਜੀ ਮਿਲ ਜੂਗੀ ਜ਼ਰੂਰ ਭਾਈ। ਵੀਰਾ 2 ਮਿੰਟ ਲਈ ਸ਼ਰਮਾ ਗਿਆ ਕਿ ਚਾਲੂ ਹੋ ਗਿਆ। ਤੰਦੂਰ ਕਿੱਥੇ ਵੀਰੇ? ਤੰਦੂਰ ਉਹ ਪਿਆਜ ਅੱਛਾ ਬਾਈ ਸਾਰਾ ਪ੍ਰੋਸੈਸ ਸਾਨੂੰ ਚੈੱਕ ਕਰਾਈਏ ਆਪਾਂ ਪਾਉਣਾ ਆਪਣਾ ਹੈ ਵੀਅਰਸ ਨੂੰ ਦਿਖਾਉਣਾ ਆਪਾਂ ਜੇ ਕਿਸੇ ਨੂੰ ਇੱਥੇ ਨਾ ਲੱਭੇ ਤੇ ਵੀਰੇ ਨੇ ਅੰਦਾਜ਼ਾ ਵੀ ਅਲਫਾ ਵਨ ਦੇ ਅੰਦਰ ਬਾਈ ਲੱਗ ਗਿਆ। ਹਾਂਜੀ ਹਾਂਜੀ ਮਾਲ ਆਫ ਅੰਮ੍ਰਿਤਸਰ ਦੇ ਅੰਦਰ ਵੀ ਤੁਹਾਨੂੰ ਇਹ ਸ਼ਾਇਦ ਮਿਲ ਜਾਏਗੀ। ਸਾਨੂੰ ਨਹੀਂ ਪਤਾ ਵੀਰੇ ਸਪੈਸ਼ਲ ਆਏ ਇੱਥੇ ਇਸੇ ਕਰਕੇ ਸਾਨੂੰ ਨਹੀਂ ਪਤਾ ਸਾਨੂੰ ਲੱਗਾ ਇੱਥੇ ਹੀ ਮਿਲਦੀ ਆ ਪਰ ਮਾਲ ਆਫ ਅੰਮ੍ਰਿਤਸਰ 'ਚ ਵੀ ਮਿਲਦੀ ਜੇ ਚੈੱਕ ਕਰ ਲਿਓ ਅੱਜ ਤੋਂ ਹੀ ਸ਼ੁਰੂ ਹੋਇਆ ਕੰਮ। ਚਲੋ ਚੰਗੀ ਗੱਲ ਹੈ। ਕਿੱਥੇ ਕੁ ਭਲਾ ਆਪਾਂ ਜਦੋਂ ਐਂਟਰ ਨਹੀਂ ਕਰਦੇ ਗੇਟ ਥੱਲਿਓ? ਹਾਂਜੀ ਹਾਂਜੀ ਭਾਅ ਜੀ ਪੁੱਛੇ ਲੈ ਸਿੱਧਾ ਮੱਥੇ ਤੇ ਸੀ ਸੀ ਡੀ ਤੇ ਲੱਗ ਗਏ। ਜਿਹੜੀ ਚੀਜ਼ ਮਜ਼ੇਦਾਰ ਆ ਉਹ ਜਿਹੜੇ ਵਿੱਚ ਘੜੇ ਰੱਖੇ ਆ ਨਾ ਉਹ ਭਾਈ ਨੇ ਬੜੇ ਚਿਰ ਦੇ ਰੱਖੇ ਬਾਈ। ਬਾਕੀ ਜਗਾੜ ਪਾਤਾ ਸਾਰਾ ਪਿਆਜ਼ ਕਹਿਣ ਲੱਗਾ ਅਦਰਕ ਉਦਰਕ ਤੁਹਾਨੂੰ ਨਵੀਆਂ ਨਵੀਆਂ ਸ਼ੈਵਾਂ ਮੈਂ ਹੀ ਦਿਖਾ ਸਕਦਾ ਕਿਉਂ ਬੰਬਰ ਇਹ ਸ਼ਾਇਦ ਮੈਨੂੰ ਐਕਚੁਅਲ 'ਚ ਇਹਨੇ ਦੱਸੀ ਹੈ ਮੈਨੂੰ ਵੀ ਨਹੀਂ ਪਤਾ ਕਹਿੰਦਾ ਭਾਈ ਅੰਮ੍ਰਿਤਸਰ ਸ਼ੁਰੂ ਹੋ ਗਈ ਆ। ਇਹ ਤੋਂ ਪਹਿਲਾਂ ਆਪਾਂ ਇੱਕ ਵਲੌਗ ਬਣਾਏ 3 ਸਤੰਬਰ 3 ਸਤੰਬਰ ਨੂੰ ਗਿਆਨੀ ਭਾਜੀ ਵਾਲਾ ਉਸ ਤੋਂ ਬਾਅਦ 'ਚ ਹੁਣ ਮੈਂ ਤੁਹਾਨੂੰ ਚਾਹ ਵਾਲਾ ਦੇ ਰਿਹਾ। ਚਾਹ ਦਾ ਮੈਂ ਇੰਨਾ ਸ਼ੌਕੀਨ ਨਹੀਂ ਹੈਗਾ ਪਰ ਜਦੋਂ ਕੋਈ ਨਵੀਂ ਚੀਜ਼ ਆਏ ਫਿਰ ਆਪਾਂ ਟਰਾਈ ਜ਼ਰੂਰ ਕਰੀਦੀ ਹੈ ਕਿਉਂਕਿ ਤੁਹਾਨੂੰ ਵੀ ਮਜ਼ਾ ਆ ਜਾਂਦਾ ਅਤੇ ਮੈਨੂੰ ਵੀ ਮਜ਼ਾ। ਬੰਬੇ 10 ਤਰ੍ਹਾਂ ਦੀ ਚਾਹ ਮਿਲਦੀ ਆ ਬੰਬੇ ਤੈਨੂੰ ਖੜਾਂਗਾ ਨਾਲ ਮਿਲਦੀ ਤੈਨੂੰ ਨਾਲ ਖੜਾਂਗਾ ਤੈਨੂੰ ਪਿੱਛੇ ਪੁੱਛਾਂਗਾ ਮੈਂ। ਅੱਛਾ ਇਹ ਬਾਅਦ 'ਚ ਵੇਸਟ ਕਰ ਦਿੰਦੇ ਆ ਵੇਸਟ ਉਹ ਘੜੇ ਜੇ ਬਾਅਦ 'ਚ ਖਤਮ ਉਹ ਨਾਲੇ ਹਾਂਜੀ ਕੁੱਲੜ ਕੁੱਲੜ ਕਹਿੰਦੇ ਇਹਨਾਂ ਨੂੰ। ਓ ਬਾਈ ਗੋਡ ਬਾਈ ਤੂੰ ਪੰਜਾਬ ਦਾ ਹੀ ਆ ਇਹਨੇ ਫਿਰ ਸਿੱਖ ਲਈ ਭਾਜਾ ਕੁੱਲੜ ਓਕੇ ਕੁੱਲੜ ਕਹਿੰਦੇ ਡਿਸਪੋਜ਼ਬਲ ਗਲਾਸ ਰਹਿੰਦੇ ਆ ਉਹਦੇ 'ਚ ਕੀ ਆ ਪਲਾਸਟਿਕ ਯੂਜ਼ ਹੁੰਦਾ ਇਹ ਹੈਗੇ ਮਿੱਟੀ ਦੇ ਸੋ ਇਹ ਜਿਹੜੇ ਬਣਾਉਂਦੇ ਆ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਗਰੀਬਾਂ ਦਾ ਨਾ ਇਨਵਾਇਰਮੈਂਟ ਫਰੈਂਡਲੀ ਹੋ ਜਾਂਦੇ ਆ ਸੋ ਪੀ ਕੇ ਜ਼ਰੂਰ ਜਾਇਆ ਕਰੋ। ਹੁਣ ਆਪਾਂ ਚੱਲੇ ਹਾਂ ਦਰਬਾਰ ਸਾਹਿਬ ਅਤੇ ਉਹਦੇ ਤੋਂ ਬਾਅਦ ਜਾਣਾ ਸ਼ਹੀਦਾਂ ਸਾਹਿਬ ਐਂਬੂਲੈਂਸ ਆਈ ਵਾਹਿਗੁਰੂ ਮਿਹਰ ਕਰੇ ਬਾਈ ਜਿਹੜਾ ਵੀ ਹੈਗਾ ਸੀ ਫਿਰ ਮੈਂ ਜਾਣਾ ਘਰ। ਆਲਰੇਡੀ 7:30 ਵੱਜ ਚੁੱਕੇ ਆ ਅਤੇ ਮੈਨੂੰ ਪਤਾ ਘਰ ਜਾਂਦੇ ਮੈਨੂੰ 10 ਵੱਜ ਜਾਣੇ ਆ। ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਵਲੋਗ ਪਸੰਦ ਆਇਆ ਹੋਗਾ। ਚੰਗਾ ਲੱਗਾ ਉਹ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਨਹੀਂ ਚੰਗਾ ਲੱਗਾ ਹੋਊਗਾ ਭਰਾ ਡਿਸਲਾਈਕ ਕਰ ਦਿਓ ਕੋਈ ਚੱਕਰ ਨਹੀਂ ਚੱਕਰ ਹੀ ਨਹੀਂ ਆ। ਅਤੇ ਚਾਹ ਦੇ ਜਿਹੜੇ ਸ਼ੌਕੀਨ ਆ ਇੱਥੇ ਆ ਜਿਓ ਜਿਹੜੇ ਬੰਦੇ ਹੋਰ ਕਿਸੇ ਗੱਲ ਦੇ ਸ਼ੌਕੀਨ ਆ ਫਿਰ ਹੋਰ ਕਿਤੇ ਪਹੁੰਚ ਜਿਓ। ਅਤੇ ਬੰਬਰੇ ਦਾ ਮੂੰਹ ਉਤਰਿਆ ਕਿਉਂਕਿ ਬੰਬਰੇ ਨਾਲ ਅੱਜ ਸਵੇਰੇ ਕਲੋਲ ਹੋ ਗਈ ਦੀ ਆ ਕੁੜੀ ਦੇ ਨਹੀਂ ਹੁਣ ਠੀਕ ਆ ਹੁਣ ਠੀਕ ਹੈ। ਚਲੋ ਅੱਜ ਦਾ ਵਲੌਗ ਖਤਮ ਕਰਦੇ ਹਾਂ। ਆਈ ਲਵ ਯੂ ਆਲ ਗਾਈਜ਼ ਹੱਸਦੇ ਵੱਸਦੇ ਰਹੋ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਖੜਕਾਉਣ ਤੋਂ ਪਹਿਲਾਂ ਸਰਪ੍ਰਾਈਜ਼ ਗਾਉਣ ਦਾ ਵੇ ਜੀ ਬਸ ਓਕੇ ਖੜੇ ਕਾ ਕੇ।